ਸਿੰਘੇ ਪੈਣੇ ਗੀ ਅਤਿਆਚਾਰ ਸਾ ਮੁਕਤ ਕਰਾਈ ਦੁੱਗਜ ਨਾ ਕਮਾਇਆ ਯਾਰੇ ਬੰਦੇ ਸਿੱਖ ਹੋਣੇ ਪਰ ਭਾਰੀ ਗਿਆ ਹਮੀਆਂ ਡਿੱਡੋ ਆਰੀ ਗਿਆ ਖਾਲਸਾ ਰਾਜ ਇੱਥੇ ਜਗਤੀ ਦੀ ਪਛਾਣ ਹਾਂ ਡਿੱਡੋ ਜਾਤੀ ਦਾ ਪ੍ਰਮਾਣ ਹਾਂ ਡਿੱਡੋ ਡੋਗਰੇ ਦੀ ਸ਼ਾਨ ਤੇ ਜਾਣ ਹਾਂ ਡਿੱਡੋ ਜੈ ਡੁੱਗਰ ਜੈ ਮਾਡੋ ਮੈਂ ਨਾਰਾ ਲਾਣਾ ਮੀਆਂ ਡਿੱਡੋ ਜੀ ਦੁਨਾ ਖਣਾ ਮਰੇ ਮੀਆਂ ਡਿੱਡੋ ਜੀ ਅਮਰੇ ਯਾ ਕੰਮ ਸੇ ਕੰਮ ਜਗਤੀ ਆਣੇ ਦੇ ਸੋਚਾ ਮੀਆਂ ਡਿੱਡੋ ਜੀ ਅਮਰੇ ਮੀਆਂ ਡਿੱਡੋ ਜੀ ਅਮਰੇ ਮੀਆਂ ਡਿੱਡੋ ਜੀ ਅਮਰੇ ਜਾਦੇ ਪਿਆਰਾ ਜੁਦਾਣਾ ਮੰਚ ਪਰ ਬੈਠੇ ਨੇ ਦਵਿੰਦਰ ਸਿੰਘ ਰਾਣਾ ਜੀ ਯੁੱਧਵੀਰ ਸੇਠੀ ਜੀ ਖਜੂਰੀਆ ਸਾਹਿਬ ਸੋਮਨਾਥ ਖਜੂਰੀਆ ਜੀ ਸਾਡੇ ਯੁਵਾ ਰਾਜਪੂਤ ਸਭਾ ਦੇ ਪ੍ਰਧਾਨ ਵਿਕਰਮ ਸਿੰਘ ਜੀ ਜ਼ੋਰਾਵਰ ਸਿੰਘ ਜੀ ਰਣਦੀਪ ਸਿੰਘ ਰੈਪਰੀਆ ਔਰ ਮੋਹਨ ਸਿੰਘ ਜੀ ਜਿੰਨੇ ਵੀ ਡੋਗਰੀ ਕਵਿਤਾ ਜਿਹਨੇ ਸੁਣਾਈਆਂ ਕਿਉਂਕਿ ਮਿਮੀ ਇਹ ਡੋਗਰੀਆਂ ਕਵਿਤਾ ਇੱਥੇ ਆਣੀ ਕਿ ਸੁਣਨਾ ਉਹਦੇ ਬਾਅਦ ਨਾ ਕੋਈ ਸੁਣੋਦੀਆਂ ਨਾ ਹੀ ਇਹ ਕੋਈ ਲੱਭਣਾ ਅੱਜ ਇੱਥੇ ਮੀਆਂ ਡਿੱਡੋ ਦਾ 244ਵਾਂ ਜਨਮ ਦਿਨ ਹੈ ਤੇ ਗੱਲ ਜਿਹੜਾ ਰਾਜਪੂਤ ਦੀ ਆਉਂਦੀ ਹੈ ਤੇ ਗੱਲ ਇਹ ਕਰਨੀ ਵੀ ਚਾਹੀਦੀ ਤੇ ਮੇਰੇ ਕੋਲ ਰੌਣ ਵੀ ਨਹੀਂ ਹੁੰਦਾ ਅਸ ਲੋਕ ਮੀਆਂ ਡਿੱਡੋ ਦੀ ਅੱਜ ਗੱਲਾਂ ਕਰਾਂਦੇ ਹਾਂ ਲੇਕਿਨ ਅਸੀਂ ਅਗਰ ਜੰਮੂ ਦੇ ਵਿੱਚ ਡੋਗਰਾ ਬਚਣਾ ਜਾਂ ਡੋਗਰਾ ਰਿਆਸਤ ਦੀ ਅੱਗੇ ਵਧਾਉਣਾ ਤੇ ਹਰ ਘਰ ਦਾ ਇੱਕ ਮੀਆਂ ਡਿੱਡੋ ਨਿਕਲਣੇ ਪਾਉਣਾ ਨਹੀਂ ਤੇ ਡੋਗਰੇ ਲੁਪਤ ਹੋ ਜਾਣ ਇਹ ਬੜੀ ਜਲਦੀ ਤੁਸੀਂ ਮੈਂ ਸੁਣਾਵਾ ਅੱਜ ਇੱਥੇ ਆਏ ਹਾਂ ਬੜੀ ਖੁਸ਼ੀ ਹੁੰਦੀ ਹੈ ਜਿਵੇਂ ਮੋਹਨ ਸਿੰਘ ਹੋਰ ਆਖਿਆ ਜਿਹੜਾ ਵੀ ਇਹਦਾ ਐਸਾ ਪ੍ਰੋਗਰਾਮ ਹੋਇਆ ਸਾਡੇ ਸਿਰਾਂ ਦੇ ਉੱਪਰ ਕਮ ਸੇ ਕਮ ਪੱਗ ਜ਼ਰੂਰ ਹੋਣੀ ਚਾਹੀਦੀ ਕਿ ਪਤਾ ਲੱਗਿਆ ਕਿ ਮੀਆਂ ਡਿੱਡੋ ਦਾ ਜਾਣਾ ਜਿਹਨੇ ਇਕੱਲੇ ਯੋਧਾ ਨੇ ਲਾਹੌਰ ਦੀ ਸਰਕਾਰ ਕੰਨੇ ਵਾਲੇ ਲੜਾਈ ਲਈ ਹੈ ਤੇ ਸਾਡੇ ਜੰਮੂ ਦਾ ਮਾਣ ਵਧਾਇਆ ਹਾ ਉਹ ਇਹ ਮੀਆਂ ਡਿੱਡੋ ਦੀ ਧਰਤੀ ਹੈ ਉਹਦਾ ਮਾਣ ਸਨਮਾਨ ਹੈ ਪੱਗਾਂ ਕੰਨਾਂ ਦੀ ਲਾਜ ਜ਼ਰੂਰ ਰੱਖਣੀ ਚਾਹੀਦੀ ਅੱਜ ਮੈਂ ਪਾਰਟੀ 'ਚ ਨਹੀਂ ਹਾਂ ਤਾਂ ਮੈਂ ਇੰਨੀ ਗੱਲਾਂ ਕਰਾਂ ਕਿਉਂਕਿ ਅਸੀਂ ਆਪਣੀ ਗੱਲ ਜ਼ਰੂਰ ਕਰਨੀ ਚਾਹੀਦੀ ਭਾਵੇਂ ਜਿੱਥੇ ਮਰਜ਼ੀ ਹੋ ਚਾਹੇ ਅਸੀਂ ਮਾਣ ਹੈ ਆਪਣੇ ਭਰਾਏ ਪਰ ਵੀ ਬੜੇ ਲੋਕ ਆਖਦੇ ਨੇ ਕਿ ਦਵਿੰਦਰ ਰਾਣੇ ਕੰਨਾਂ ਤੇਰਾ ਫੋਟੋ ਆਇਆ ਦਾ ਅਸੀਂ ਦਵਿੰਦਰ ਰਾਣੇ ਕੀ ਆਪਣਾ ਵੱਡਾ ਭਰਾ ਸਮਝਦੇ ਹਾਂ ਘਰਾਂ ਦੇ ਸਾਡੇ ਬੰਧਨ ਲੇਕਿਨ ਜਦੋਂ ਆਪਣੀ ਗੱਲ ਆਵੇ ਆਪਣੀ ਗੱਲ ਕਰਨੇ ਕੋਲ ਵੀ ਪਿੱਛਾ ਨਹੀਂ ਹੋਣਾ ਹੈ ਗੱਲ ਤੁਸੀਂ ਮੈਂ ਇੱਕ ਗੱਲ ਸੁਣਾਵਾਂ ਕਿ ਆਪਣੀ ਗੱਲ ਜਿੱਥੇ ਆਪਣੇ ਮਾਣ ਸਨਮਾਨ ਵਾਸਤੇ ਅਗਰ ਸਾਡੇ ਰਾਜੇ ਮਹਾਰਾਜਾ ਮਹਾਰਾਜਾ ਹਰੀ ਸਿੰਘ ਹੋਣਾ ਸਾਡੇ ਲੋਕਾਂ ਵਾਸਤੇ ਜੰਮੂ ਕਸ਼ਮੀਰ ਇੱਥੇ ਛੱਡੀਆ ਆਪੂ ਪੂਰੇ ਹਿੰਦੁਸਤਾਨ ਦੇ ਕੰਨ ਮਲਾਈ ਅਸੀਂ ਤੂੰ ਚੱਲੀਏ ਮੀਆਂ ਡਿੱਡੋ ਨੇ ਆਪਣੀ ਜਾਨ ਦੀ ਬਾਜ਼ੀ ਦੇੜੀ ਸਾਡੇ ਲੋਕਾਂ ਵਾਸਤੇ ਆਪਣਾ ਸਿਰ ਨਹੀਂ ਚੁਕਾਇਆ ਤੇ ਕਮ ਸੇ ਕਮ ਜੇ ਅੱਜ ਇੱਥੇ ਉਹਦੇ ਵੰਸ਼ਜ ਨੇ ਆਪਣੀ ਨਖਾ ਆਪਣਾ ਕਰਾਰਾਂ ਦੇ ਰਾਜਪੂਤਿਆਂ ਦਾ ਜ਼ਰੂਰ ਰੱਖੋ ਆਪਣੀ ਗੱਲ ਕਰਨੀ ਹੈ ਮਨੋਇਆ ਜਾਂ ਨਹੀਂ ਮਨੋਇਆ ਲੇਕਿਨ ਗੱਲ ਕਰਨਾ ਜਿਹੜਾ ਸਾਡਾ ਫਰਜ਼ ਹੈ ਗੱਲ ਹਰ ਮੱਥੇ ਪਰ ਹਰ ਸਟੇਜ ਪਰ ਆਪਣੀ ਗੱਲ ਜ਼ਰੂਰ ਕਰੋ ਅੱਜ ਮੀਆਂ ਡਿੱਡੋ ਜਾਂ ਪੌੜੀਆਂ ਚੜ੍ਹਾ ਦੇ ਅਗਰ ਇੱਥੇ ਕੋਈ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਕਿ ਉਹਦੀ ਕੋਈ ਜਨਮ ਸਥਾਨ ਹੁੰਦਾ ਹਾਂ ਇੱਥੇ ਮਾਰਬਲ ਦੀ ਟਾਲਾਂ ਪੀਦੀ ਹੁੰਦੀਆਂ ਸਰਕਾਰ ਨੇ ਪੁਆਈ ਨਹੀਂ ਆ ਲੇਕਿਨ ਕੌਣ ਨੇ ਮੀਆਂ ਡਿੱਡੋ ਔਰ ਕੋਹਦੇ ਮੀਆਂ ਡਿੱਡੋ ਸਾਡੇ ਇੱਥੇ ਆਪ ਦਿਖ ਲਓ ਇਹ ਆਪੂ ਬਣਾਉਣੇ ਪਾਉਣੀ ਆ ਰਹੀ ਅਗਲੀ ਵਾਰੀ ਦੀ ਮੈਂ ਤੁਸੀਂ ਸੁਣਾਉਂਦਾ ਸਾਡੀ ਯੁਵਾ ਰਾਜਪੂਤ ਸਭਾ ਦੀ ਘੱਟ ਘੱਟ 30 ਪੱਗੇ ਵਾਲੇ ਬੰਦੇ ਤੁਸੀਂ ਇੱਥੇ ਲੱਗਣ ਲੇਕਿਨ ਉਹਦੇ ਸੋਤ ਹੁੰਦਾ ਵੀ ਚਾਹੀਦਾ ਅਗਰ ਮੇਰੀ ਗੱਲ ਕੋਈ ਬੁਰੀ ਲੱਗੀ ਹੋ ਰਾਣਾ ਸਾਹਿਬ ਕੀ ਜਾਂ ਖਜੂਰੀਆ ਸਾਹਿਬ ਕੀ ਨਹੀਂ ਮਾਫੀ ਦੇ ਦਿਓ ਕੱਲ 11 ਵਜੇ ਜੇ ਮੌਕਾ ਲੱਗਿਆ ਤੇ ਤਵੀ ਵਾਲੇ ਪੁਲਾ ਪਰ ਸਰਕਾਰ ਕੀ ਪੁੱਛ ਕੇ ਕਿ ਗਾਲਾਂ ਕਿੰਨੇ ਕੋਹੇ ਦੇਣ ਹੁੰਦੀਆਂ ਜੈ ਹਿੰਦ ਜੈ ਜੰਮੂ ਜੈ ਬਿਗਰੇ ਧੰਨਵਾਦ चाहते हैं कि हम आगे भी ऐसे ही सिर्फ अपनी कौम के लिए आवाज़ उठाते रहें जो कि मेरे लिए सबसे पहले अपनी कौम है तो आप हमें नीचे दिए हुए जो QR कोड है आप सभी स्कैन करके आप सभी इसको हमें जितनी सपोर्ट कर सकते हैं किसी से 20, 50, 100, 500 जितना भी आपसे होता है और हम ऐसे ही क्षत्रिय इतिहास पर वीडियो बनाते रहें आप इस QR कोड के स्क्रीनशॉट ले सकते हैं सभी भाइयों को जय देव जय माँ भवानी और जय छात्र।